इस हफ्ते 22 नवंबर में रिलीज़ होने जा रही सनी देओल की फिल्म सिंह साहब की ग्रेड के अकाल तख्त जथेदार ज्ञानी गुरभजन सिंह ने रोक लाने की गल कही है। करीब एक महीना पहला भी जथेदार गुरभजन सिंह ते श्रोमणी कमेटी के प्रधान अवतार सिंह मक्कड़ ने इस फिल्म ते रोक लाने की गल कही सी। मंगलवार को अमृतसर में पत्रकारों नाल गलबात करदिआं जथेदार ज्ञानी गुरभजन सिंह ने कहा है कि सिंह साहब शब्द साधारण शब्द नहीं है बल्कि यह एक उपाधि है, इसका सन्मान होना चाहिए है। उन्होंने कहा है कि किसी फिल्म या अदाकार यह ना देना सिखां दे मनां नूं ठेस पहुंचाउणा है। उन्हां इस फिल्म दी नूं तुरंत इस दा नाम बदलने लई कहा है। ਤੇ ਪ੍ਰਧਾਨ ਸਾਹਿਬ ਨੇ ਖੁਦ ਫੋਨ ਕਰਕੇ ਮੈਨੂੰ ਦੱਸਿਆ ਸੀ, ਉਹਨਾਂ ਨਾਲ ਗੱਲ ਹੋਈ ਹੈ, ਜਿਹੜਾ ਸਿੰਘ ਸਾਹਿਬ ਸ਼ਬਦ ਆ ਉਹਨੂੰ ਪਾਸੇ ਕਰਕੇ ਇਕੱਲਾ ਸਿੰਘ ਸ਼ਬਦ ਜਿਹੜਾ ਉਹ ਰੱਖਿਆ ਜਾਵੇਗਾ। ਉਹਦੇ ਅਨੁਸਾਰ ਹੀ ਹੁਣ ਜੋ ਅੱਗੇ ਕਾਰਵਾਈ ਆ, ਪ੍ਰਧਾਨ ਸਾਹਿਬ ਨੂੰ ਜ਼ਿਆਦਾ ਪਤਾ ਹੈ, ਉਹਨਾਂ ਬਦਲਾਵ ਨਹੀਂ ਕੀਤਾ ਜੀ, 22 ਤਰੀਕ ਨੂੰ ਰਿਲੀਜ਼ ਹੋ ਗਈ। ਹਾਂ, ਪਰ ਪਤਾ ਲੱਗਿਆ ਅਜੇ ਬਦਲਾਵ ਨਹੀਂ ਕੀਤਾ ਉਹਨਾਂ ਨੂੰ। ਹਾਂ, ਉਹਨਾਂ ਨੂੰ ਪਹਿਲਾਂ ਬਦਲਾਵ ਕਰ ਲੈਣਾ ਚਾਹੀਦਾ, ਕਿਉਂਕਿ ਸਿੰਘ ਸਾਹਿਬ ਸ਼ਬਦ ਜਿਹੜਾ ਹੈ ਇਹ ਕੋਈ ਆਮ ਸ਼ਬਦ ਨਹੀਂ ਕਿ ਕਿਸੇ ਮੋਨੇ ਸਿੱਖ ਨੂੰ ਵੀ ਸਿੰਘ ਸਾਹਿਬ ਕਹਿ ਦਿੱਤਾ ਜਾਏ ਜਾਂ ਕਿਸੇ ਹੋਰ ਸਿੰਘ ਨੂੰ ਕਹਿ ਦਿੱਤਾ ਜਾਏ। ਇਹ ਸਿੰਘ ਸਾਹਿਬ ਸ਼ਬਦ ਜਿਹੜਾ ਬਕਾਇਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨ ਕੀਤਾ ਜਾਂਦਾ, ਉਹਦੀ ਮਰਿਆਦਾ ਕੀਤੀ ਜਾਂਦੀ, ਜਿਹਦੇ ਨਾਲ ਇਹ ਸਿੰਘ ਸਾਹਿਬ ਸ਼ਬਦ ਲੱਗਦਾ ਹੈ ਜਾਂ ਜਿਨ੍ਹਾਂ ਦੀਆਂ ਪੰਥਕ ਵਿੱਚ ਬਹੁਤ ਵੱਡੀਆਂ ਸੇਵਾਵਾਂ ਹੁੰਦੀਆਂ ਨੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।